important thing in the vygotsky. This is the zone of proximal development or ZPD. So according to the vygotsky, at any given point of development, certain problem that a child is on the verge to solve alone, being able to solve. So children just need the structure, clue, reminder, help, and remembering detail, step, and encouragement to keep trying. ਕਹਿਣ ਦਾ ਭਾਵ ਹੈ ਕਿ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਜੋ ਬੱਚਾ ਆਪਣੇ ਆਪ ਸੋਲਵ ਨਹੀਂ ਕਰ ਸਕਦਾ, ਇਸ ਵਿੱਚ ਉਸਨੂੰ ਕਿਸੇ ਦੀ ਹੈਲਪ ਦੀ ਲੋੜ ਹੁੰਦੀ ਹੈ। ਤੋ ਸਮ ਆਫ ਪ੍ਰੋਬਲਮ ਆਰ ਬਿਜ਼ੌਂਡ ਦਾ ਚਿਲਡਰਨ ਕੈਪੇਬਿਲਟੀ ਈਵਨ ਇਫ ਦੇ ਆਰ ਗਿਵਨ ਇਨ ਸਟੈਪ ਕਲੈਰਿਟੀ। ਸੋ ਜੈਡ ਪੀ ਡੀ ਹੇਅਰ ਦਾ ਏਰੀਆ ਵੇਅਰ ਦਾ ਚਾਈਲਡ ਕੈਨੋਟ ਸੋਲਵ ਦਾ ਪ੍ਰੋਬਲਮ ਅਲੋਨ ਬਟ ਕੈਨ ਸਕਸੈਸਫੁਲ ਅੰਡਰ ਦਾ ਅਡਲਟ ਗਾਈਡੈਂਸ। ਤੋ ਜੇ ਕਿਸੇ ਦੀ ਗਾਈਡੈਂਸ ਮਿਲੇ ਜੋ ਕੋਈ ਪ੍ਰੋਬਲਮ ਸੋਲਵ ਕਰਨ 'ਚ ਹੈਲਪ ਕਰਦਾ ਹੈ, ਤੋ ਇਸ ਤਰੀਕੇ ਨਾਲ ਜ਼ਿਆਦਾ ਵਧੀਆ ਤਰੀਕੇ ਨਾਲ ਪ੍ਰੋਬਲਮ ਨੂੰ ਸੋਲਵ ਕਰ ਦਿੰਦਾ ਹੈ। So this is the area where the instruction can succeed and here learning is possible. So this area known ZPD naam ditta, that is the zone of proximal development. Next is the private speech and the zone. So adult help the child to solve that problem or accomplish the task using the verbal prompt and structuring. So scaffolding may gradually reduce as the child take over the guidance, perhaps first by giving the prompt as private speech. ਕਹਿਣ ਦਾ ਭਾਵ ਹੈ ਵੀ ਜੈਡ ਪੀ ਡੀ ਦਾ ਲੈਵਲ ਘਟਣ ਜਾਂਦਾ ਜੇ ਕੋਈ ਤੁਹਾਡਾ ਫਰੈਂਡ ਤੁਹਾਡੀ ਹੈਲਪ ਨਾਲੋਂ ਨਾਲ ਕਰ ਰਿਹਾ। ਤੋ ਟੀਚਿੰਗ ਵੀ ਹੈਲਪ ਕਰਦੀ ਹੈ ਜੈਡ ਪੀ ਡੀ ਵਿੱਚ ਜਾ ਕੇ ਅਤੇ ਇਸਨੂੰ ਲਰਨਿੰਗ 'ਚ ਹੈਲਪ ਕਰਦੀ ਹੈ। ਸੋ ਜੇ ਸਟੂਡੈਂਟ ਜ਼ਿਆਦਾ ਇਫੈਕਟਿਵਲੀ ਜੈਡ ਪੀ ਡੀ ਜੋਨ ਦੇ ਵਿੱਚ ਜਾ ਰਿਹਾ ਤਾਂ ਟੀਚਰ ਦੇ ਨਾਲ ਬੈਟਰ ਵਿੱਚ ਤੁਹਾਨੂੰ ਸਿਖਾ ਸਕਦਾ, ਤੁਹਾਡਾ ਫਰੈਂਡ ਕੋਈ ਪੀਰ ਵੀ ਸਿਖਾ ਸਕਦਾ। ਸੋ ਲਰਨਿੰਗ ਦੇ ਵਾਸਤੇ ਜੈਡ ਪੀ ਡੀ ਜੋਨ ਵਿੱਚ ਜਾਣਾ ਬਹੁਤ ਜ਼ਰੂਰੀ ਹੈ। ਚਲੋ ਦੋਸਤੋ ਸਮਝਦੇ ਹਾਂ ਜੈਡ ਪੀ ਡੀ ਦਾ ਮਤਲਬ ਕੀ ਹੈ, ਜੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਸਪੋਜ ਦਿਸ ਇਜ਼ ਦਾ ਪ੍ਰੋਬਲਮ, ਕੋਈ ਪ੍ਰੋਬਲਮ ਦਿੱਤੀ ਹੈ ਸਟੂਡੈਂਟ ਨੂੰ, ਤਾਂ ਹੇਅਰ ਸਟੂਡੈਂਟ ਇਜ਼ ਇੰਟਰੈਕਟਿੰਗ ਵਿਦ ਦਾ ਪ੍ਰੋਬਲਮ। ਸੋ ਦਿਸ ਇਜ਼ ਦਾ ਇਨਵਾਇਰਮੈਂਟ ਵੈਨ ਹੀ ਇਜ਼ ਅਨਏਬਲ ਟੂ ਸੋਲਵ ਦਾ ਪ੍ਰੋਬਲਮ ਅਲੋਨ। ਸੋ ਦੈਨ ਹੀ ਡੋਂਟ ਫਾਈਂਡ ਦਾ ਸਲਿਊਸ਼ਨ, ਹੀ ਫਰਸਟ੍ਰੇਟਡ, ਐਂਗਜ਼ਾਇਟੀ, ਬੋਰਡਮ, ਹੈਲਪਲੈਸ ਐਂਡ ਹੇਅਰ ਦਾ ਜੈਡ ਪੀ ਡੀ ਜੋਨ। ਦੈਨ ਹੇਅਰ ਦਾ ਟੀਚਰ ਪੀ ਔਰ ਐਮ ਕਿਊ ਡੈਟ ਇਜ਼ ਦਾ ਮੋਰ ਨੌਲੇਜਬਲ ਅਦਰ ਦੇ ਸਕੈਫੋਲਡ ਦੇ ਟੈਂਪਰੇਰੀ ਇੰਟਰ ਦੈਸ ਜੈਡ ਪੀ ਡੀ ਜੋਨ ਐਂਡ ਇੰਟਰੈਕਟ ਵਿਦ ਸਟੂਡੈਂਟ ਦੇ ਹੈਲਪ ਇਨ ਲਰਨਿੰਗ ਐਂਡ ਇਟ ਗਿਵ ਰਾਈਜ਼ ਟੂ ਸਲਿਊਸ਼ਨ ਐਂਡ ਦਿਸ ਇਜ਼ ਦਾ ਜੈਡ ਪੀ ਡੀ। ਆਈ ਹੋਪ ਸਟੂਡੈਂਟ ਆਪਕੋ ਵਾਇਗੋਟਸਕੀ ਸੋਸ਼ੋ ਕਲਚਰਸ ਥਿਊਰੀ ਸਮਝ ਆ ਚੁੱਕੀ ਹੋਵੇਗੀ। ਉਮੀਦ ਹੈ ਤੁਹਾਨੂੰ ਹੈਲਪ ਕਰੇਗੀ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਅਤੇ ਟੈਟ ਕਲੀਅਰ ਕਰਨ 'ਚ। ਜੇ ਤੁਹਾਨੂੰ ਵੀਡੀਓ ਪਸੰਦ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਮੈਂ ਤੁਹਾਨੂੰ ਹੋਰ ਵੀਡੀਓ ਪ੍ਰੋਵਾਈਡ ਕਰਾਂ। ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ ਵੈਰੀ ਮੱਚ।